ਦੋ ਤਿੰਨ ਘੰਟੇ ਵਿੱਚ ਇਹ ਕਬਰਾਂ ਵੀ ਪਾਣੀਆਂ ਵਿੱਚ ਜਿਹੜੀਆਂ ਨਾ ਡੁੱਬ ਜਾਣੀਆਂ, ਇਹ ਤੁਸੀਂ ਨਜ਼ਰ ਰਹਿਮਾਨ ਰਹੀਮ। ਅਸਲਾਮ ਅਲੈਕਮ, ਮੇਰਾ ਨਾਂ ਅਮਰ ਹੈ। ਤੁਸੀਂ ਆਪਣਾ ਯੂਟਿਊਬ ਚੈਨਲ ਅਮਰ ਵਿਕਾਸ ਅਫੀਸ਼ੀਅਲ ਤੱਕਣ ਅੱਗੇ ਹੋ। ਉਮੀਦ ਕਰਨਾ ਸਾਰੇ ਭੈਣ ਭਰਾ ਠੀਕ ਠਾਕ ਹੋਸੋ। ਅੱਲਾ ਗਾ ਮੇਰੀ ਦੁਆ ਹੈ ਕਿ ਅੱਲਾ ਤਾਲਾ ਤੁਸਾਂ ਕੀ ਢੇਰੂ ਖੁਸ਼ੀਆਂ ਨਸੀਬ ਫਰਮਾਏ, ਅੱਲਾ ਤਾਲਾ ਤੁਸਾਂ ਕੀ ਦੋਵਾਂ ਜਹਾਨਾਂ 'ਚ ਕਾਮਯਾਬੀਆਂ ਤਾ ਫਰਮਾਏ। ਇਸ ਨੇਕ ਦੁਆ ਨਾਲ ਅੱਜ ਨੀ ਵੀਡੀਓ ਨਾਲ ਆਗਾਜ਼ ਕਰਨੇ ਹਾਂ। ਜੈਸਾ ਕਿ ਨਜ਼ਰ ਆ ਰਿਹਾ ਸੀ ਮੇਰੇ ਪਿੱਛੇ, ਮੈਂ ਅੱਜ ਮੰਗਲਾ ਡੈਮ ਦੇ ਕਿਨਾਰੇ 'ਤੇ ਖੜ੍ਹਾ। ਅੱਜ ਮੈਂ ਖੜ੍ਹਾ ਇੱਥੇ ਅਰਿਆਮ ਪੁੱਲ ਰਠੋਆ ਮੁਹੰਮਦ ਅਲੀ ਨੇ ਕਰੀਬ ਇੱਥੇ ਮੈਂ ਆਏ ਹਾਂ। ਤਾਂ ਮੈਂ ਤਕਰੀਬਨ ਅੱਜ ਤੋਂ ਕੋਈ 20-25 ਦਿਨ ਪਹਿਲਾਂ ਵੀਡੀਓ ਡੈਮ ਦੀ ਬਣਾਈ ਸੀ। ਤਾਂ ਤੁਸਾਂ ਸਾਰਿਆਂ ਭੈਣਾਂ ਭਰਾਵਾਂ ਬੜਾ ਪਿਆਰ ਦਿੱਤਾ। ਤਾਂ ਹੁਣ ਕੁਛ ਦਿਨ ਤੋਂ ਕੁਛ ਭੈਣ ਭਰਾ ਮੈਸੇਜ ਕਰਨੇ ਸਨ ਪਏ ਕਿ ਤਾਜ਼ੀ ਲੇਟੈਸਟ ਅਪਡੇਟ ਦਿਓ ਮੰਗਲਾ ਡੈਮ ਨੇ ਪਾਣੀ ਦੇ ਹਵਾਲੇ ਨਾਲ। ਤਾਂ ਮੈਂ ਅੱਜ ਇੱਥੇ ਆਏ ਹਾਂ। ਤਾਂ ਮੈਂ ਸੋਚਿਆ ਸੀ ਕਿ ਅੱਜ ਤੁਸਾਂ ਅਸੀਂ ਪਾਣੀਆਂ ਦੀ ਅਪਡੇਟ ਲੈ ਕੇ ਆਪਸਾਂ ਕਿ ਅੱਜ ਇੱਥੇ ਮੰਗਲਾ ਡੈਮ ਵਿੱਚ ਪਾਣੀਆਂ ਦੀ ਕਿਸ ਸੂਰਤ ਹਾਲ ਹੈ, ਤਾਂ ਕਿਤਨਾ ਸਾਰਾ ਪਾਣੀ ਵੜ ਗਿਆ ਉਹਨਾਂ 20-25 ਦਿਨਾਂ ਵਿੱਚ। ਤਾਂ ਅੱਜ ਮੈਂ ਮੇਰੀ ਵੀਡੀਓ ਵਿੱਚ ਮੇਰੇ ਨਾਲ ਹੀ ਰਹੇ, ਤਾਂ ਮੈਂ ਡਰੋਨ ਨੇ ਫੁਟੇਜ ਵੀ ਲੈ ਸਾਂ। ਤਾਂ ਵੀਡੀਓ ਸ਼ੁਰੂ ਕਰਨੇ ਤੋਂ ਪਹਿਲਾਂ ਤੁਸਾਂ ਸਾਰਿਆਂ ਭੈਣਾਂ ਭਰਾਵਾਂ ਇੱਕ ਰਿਕੁਐਸਟ ਹੈ, ਜਿਹਨਾਂ ਅੱਜ ਤੱਕ ਮੇਰੇ ਚੈਨਲ ਕੀ ਸਬਸਕ੍ਰਾਈਬ ਨਹੀਂ ਕੀਤਾ, ਮੇਰੇ ਚੈਨਲ ਕੀ ਸਬਸਕ੍ਰਾਈਬ ਕਰ ਦਿਓ। ਤਾਂ ਨਾਲ ਬੈਲ ਨਾਲ ਬਟਨ ਲਾਜ਼ਮੀ ਪ੍ਰੈਸ ਕਰੇ। ਇਸ ਨਾਲ ਫਾਇਦਾ ਸੀ ਕਿ ਮੇਰੀ ਆ ਰਹਾ ਆਉਣੇ ਵਾਲੀ ਨਈਂ ਵੀਡੀਓ ਤੁਸਾਂ ਤੱਕ ਬਰ ਵਕਤ ਪਹੁੰਚ ਜਾਏਗੀ। ਇਸ ਤੋਂ ਇਲਾਵਾ ਤੁਸੀਂ ਸਾਰੇ ਭੈਣ ਭਰਾ ਮੇਰੀ ਵੀਡੀਓ ਕੀ ਜ਼ਿਆਦਾ ਜ਼ਿਆਦਾ ਸ਼ੇਅਰ ਕਰੋ ਆਪਣੇ ਫੈਮਿਲੀ ਮੈਂਬਰ ਵਿੱਚ ਔਰ ਆਪਣੇ ਦੋਸਤਾਂ ਵਿੱਚ। ਉਮੀਦ ਕਰ ਸਾਂ ਕਿ ਮਜ਼ੀਦ ਅੱਗੇ ਵੀ ਤੁਸੀਂ ਇਸੇ ਤਰ੍ਹਾਂ ਹੀ ਮੇਰੇ ਚੈਨਲ ਕੀ ਤੱਕਣੇ ਰਹੋ ਔਰ ਮੇਰੀਆਂ ਵੀਡੀਓ ਕੀ ਜ਼ਿਆਦਾ ਜ਼ਿਆਦਾ ਸ਼ੇਅਰ ਕਰਨੇ ਰਹੋ, ਕਿਉਂਕਿ ਜਿਤਨੇ ਜ਼ਿਆਦਾ ਤੁਸੀਂ ਸ਼ੇਅਰ ਕਰ ਸੋ ਉਤਨਾ ਜਲਦੀ ਮੇਰਾ ਚੈਨਲ ਗਰੋ ਕਰ। ਵੀਡੀਓ ਨਾਲ ਆਗਾਜ਼ ਕਰਨੇ ਆ ਤਾਂ ਵੀਡੀਓ 'ਚ ਮਾੜੇ ਨਾਲ ਹੀ ਰਹੇ। ਤਾਂ ਵੀਡੀਓ ਨੇ ਦੌਰਾਨ ਮੁਲਕਾ ਮੰਗਲਾ ਡੈਮ ਵਿੱਚ ਪਾਣੀਆਂ ਦੀ ਸੂਰਤ ਹਾਲ ਤੁਸੀਂ ਤੱਕ ਲਈ ਸੀ। ਵੈਸੇ ਜਿਹੜਾ ਮੈਂ ਵੀਡੀਓ ਪਹਿਲਾਂ ਬਣਾਈ ਸੀ ਨਾ 20-25 ਦਿਨ ਪਹਿਲਾਂ, ਉਸ ਟਾਈਮ ਤਾਂ ਪਾਣੀ ਕਾਫੀ ਕਮ ਸੀ। ਤਾਂ ਹੁਣ ਜਿਹੜਾ ਇਸ ਟਾਈਮ ਹੈ ਪਾਣੀਆਂ 'ਚ ਕਾਫੀ ਇਜ਼ਾਫਾ ਹੋ ਗਏ ਆ। ਤਾਂ ਤੁਸੀਂ ਨਜ਼ਰ ਆ ਰਿਹਾ ਸੀ ਖੁਦ ਵੀ। ਤਾਂ ਮੈਂ ਇੱਥੇ ਜਿੱਥੇ ਖੜ੍ਹਾ ਸਾਂ ਇੱਥੇ ਇੱਕ ਛੋਟਾ ਜਿਹਾ ਕਬਰਸਤਾਨ ਹੈ। ਕੁਛ ਤਾਂ ਕਬਰਾਂ ਜਿਹੜੀਆਂ ਨਾ ਇਸ ਟਾਈਮ ਪਾਣੀਆਂ ਵਿੱਚ ਡੁੱਬ ਗਈਆਂ ਨੇ, ਤਾਂ ਕੁਛ ਕਬਰਾਂ ਇੱਥੇ
ਰਹਿਣੀਆਂ ਨੇ ਜਿਨ੍ਹਾਂ ਤੱਕ ਅਜੇ ਤੱਕ ਪਾਣੀ ਨਹੀਂ ਪਹੁੰਚਿਆ। 2-3 ਘੰਟੇ ਵਿੱਚ ਇਹ ਕਬਰਾਂ ਵੀ ਪਾਣੀਆਂ ਵਿੱਚ ਜਿਹੜੀਆਂ ਨਾ ਡੁੱਬ ਜਾਣੀਆਂ। ਇਹ ਤੁਸੀਂ ਨਜ਼ਰ ਆ ਰਹੀਆਂ ਉਸ ਦਿਨ ਇਹ ਕੁਛ ਕਬਰਾਂ ਹੈ ਜਿਹੜੀਆਂ ਪਾਣੀਆਂ ਤੋਂ ਬਾਹਰ ਹਨ, ਅਤੇ ਜ਼ਿਆਦਾਤਰ ਕਬਰਾਂ ਇਸ ਸਾਈਡ ਦੱਸਣ ਪਾਣੀਆਂ 'ਚ ਡੁੱਬ ਗਈਆਂ। ਇਹ ਇੱਕ ਕਬਰ ਹੈ ਤੁਸੀਂ ਨਜ਼ਰ ਆ ਰਹੀ ਹੋ ਸੀ, 1958 ਨਹੀਂ ਹੈ। ਇਸ ਤਰ੍ਹਾਂ ਮੈਂ ਅੱਗੇ ਦੇਖਣ ਲੱਗੇ ਸਾਂ ਕਿ ਕਾਫ਼ੀ ਪੁਰਾਣੀਆਂ ਕਬਰਾਂ ਨੇ। ਜਿਹੜਾ ਪਹਿਲਾਂ ਇੱਥੇ ਗ੍ਰਾਂ ਆਬਾਦ ਸੀ ਜਿਸ ਟਾਈਮ, ਇਹ ਉਸ ਟਾਈਮ ਦੀਆਂ ਕਬਰਾਂ ਨੇ। ਇਹ 1960 ਦੀ ਕਬਰ ਹੈ, ਡੇਟ ਤੁਸੀਂ ਨਜ਼ਰ ਆ ਰਹੀ ਹੋ ਸੀ ਤਾਂ ਤੁਸੀਂ ਤੱਕਣੇ ਹੱਸੋ ਪਏ। ਇਹ ਸਾਰੀਆਂ ਕਬਰਾਂ ਸਨ। ਅਗਰ ਇਹਨਾਂ ਕਬਰਾਂ ਹੀ ਬੰਦਾ ਤੱਕਿਆ ਤਾਂ ਪਤਾ ਚੱਲਣਾ ਕਿ ਇਹ ਲੋਕ ਵੀ ਬੜੇ ਬੜੇ ਕੋਈ ਰਾਜੇ ਹੋਣਗੇ, ਕੋਈ ਚੌਧਰੀ ਹੋਣਗੇ, ਇਹ ਪਰਿਆ ਮਕਾਣੇ ਹੋਣਗੇ ਜਨਾਬ ਆਪਣੇ ਦੌਰ ਨੇ। ਤਾਂ ਆਖਰ ਇਨਸਾਨ ਨਹੀਂ ਹੈ ਜ਼ਿੰਦਗੀ ਹੈ ਕਿ ਇਨਸਾਨ ਜਾਣਾ ਮਿੱਟੀ ਨੇ ਅੰਦਰ ਹੀ ਹੈ। ਇਹ ਸਾਰੇ ਏਰੀਏ 'ਚ ਕਬਰਸਤਾਨ ਹੀ ਹੈ। ਜਿਸ ਟਾਈਮ ਅਸੀਂ ਇੱਥੇ ਆਏ ਸਾਂ ਤਕਰੀਬਨ 30 ਮਿੰਟ ਹੋ ਗਏ ਹੋਣਗੇ, ਉਸ ਟਾਈਮ ਇਹ ਪਾਣੀਆਂ ਦਾ ਲੇਵਲ ਇਤਨਾ ਸੀ ਤਾਂ ਇਸ ਸਾਈਡ ਦਾ ਪਾਣੀ 'ਚ ਇਜ਼ਾਫਾ ਹੋ ਗਿਆ। ਇਹ ਤੁਸੀਂ ਨਜ਼ਰ ਆ ਰਿਹਾ ਸੀ ਇੱਧਰ ਪਾਣੀ 'ਚ ਇਜ਼ਾਫਾ ਹੋ ਗਿਆ। ਜਿਸ ਟਾਈਮ ਅਸੀਂ ਆਏ ਸਾਂ ਉਸ ਟਾਈਮ ਤਕਰੀਬਨ 30 ਮਿੰਟ ਪਹਿਲਾਂ ਪਾਣੀਆਂ ਦਾ ਲੇਵਲ ਸੀ, ਪਰ ਮਜ਼ੀਦ ਪਾਣੀ 'ਚ ਇਜ਼ਾਫਾ ਹੋਣਾ ਪਿਆ। ਅਤੇ ਦੇਖੋ ਹੁਣ ਕਿ ਡੈਮ ਜਿਹੜਾ ਇਹ ਫੁੱਲ ਹੋ ਜਾਣਾ ਜਾਂ ਫਿਰ ਫੁੱਲ ਨਹੀਂ ਹੋ ਸਕਣਾ, ਕਿ ਸੂਰਤ ਹਾਲ ਹੋ ਸੀ ਇਹ ਤਾਂ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਪਰ ਇਸ ਟਾਈਮ ਜਿਹੜਾ ਨਾ ਬਾਰਿਸ਼ਾਂ ਦੀ ਵਜ੍ਹਾ ਤੋਂ ਪਾਣੀ 'ਚ ਇਜ਼ਾਫਾ ਹੋ ਰਿਹਾ, ਤਾਂ ਜਿਸ ਤਰ੍ਹਾਂ ਇਹ ਪਾਣੀ ਵਿੱਚ ਇਜ਼ਾਫਾ ਹੋਣ ਲੱਗੇ ਆ, ਹਰ ਅੱਧੇ ਘੰਟੇ ਵਿੱਚ ਪਾਣੀ ਵੜਨਾ ਪਿਆ ਜਾਂ 20 ਮਿੰਟ ਵਿੱਚ ਪਾਣੀ ਵੜਨ ਲੱਗੇ ਆ, ਇਸ ਤੋਂ ਇਹੀ ਪਤਾ ਚੱਲਣਾ ਕਿ ਹੋਰ ਆਉਣ ਵਾਲੇ ਵਕਤ ਵਿੱਚ ਮਹੀਨੇ ਤੱਕ ਪਾਣੀ, ਅਗਰ ਇਸੇ ਤਰ੍ਹਾਂ ਬਾਰਿਸ਼ਾਂ ਸ਼ੁਰੂ ਰਹੀਆਂ ਮਕਬੂਜ਼ਾ ਕਸ਼ਮੀਰ 'ਚੋਂ ਪਾਣੀ ਆਉਣਾ ਰਿਹਾ ਤਾਂ ਫਿਰ ਇਹ ਡੈਮ ਫੁੱਲ ਹੋ ਜਾਸੀ ਅਤੇ ਇਹ ਪਾਣੀ ਜਿਹੜਾ ਇਹ ਲੋਕਾਂ ਨੇ ਘਰਾਂ ਤੱਕ ਵੀ ਜਾ ਸਕਣਾ, ਕਿਉਂਕਿ ਜਿਹੜਾ ਡੈਮ ਫੁੱਲ ਹੋ ਸੀ ਅਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਦਾਖਲ ਹੋ ਜਾਏਗਾ। ਤਾਂ ਮਜ਼ੀਦ ਨਈ ਅਪਡੇਟ ਲੈ ਕੇ ਮੈਂ ਬਹੁਤ ਜਲਦ ਤੁਸੀਂ ਖਿਦਮਤ ਵਿੱਚ ਹਾਜ਼ਰ ਹੋ ਸਾਂ, ਕਿਉਂਕਿ ਮੌਨਸੂਨ ਨਾਲ ਜਿਹੜਾ ਸਪੈਲ ਪਾਕਿਸਤਾਨ ਜਾਂ ਆਜ਼ਾਦ ਕਸ਼ਮੀਰ ਵੀ ਦਾਖਲ ਹੋ ਚੁੱਕਿਆ, ਉਸ ਨਾਲ ਪਾਣੀਆਂ 'ਚ ਕਾਫੀ ਇਜ਼ਾਫਾ ਹੋਣ ਲੱਗੇ ਆ। ਤਾਂ ਬਾਰਿਸ਼ਾਂ ਸ਼ੁਰੂ ਨਾ, ਬਾਰਿਸ਼ਾਂ ਦੀ ਵਜ੍ਹਾ ਤੋਂ ਕਾਫੀ ਪਾਣੀ ਆਉਣਾ ਪਿਆ। ਉਸ ਤੋਂ ਇਲਾਵਾ ਜਿਹੜਾ ਕਸ਼ਮੀਰ ਇੰਡੀਆ ਨੇ ਕਬਜ਼ੇ ਵਿੱਚ ਹੈ ਉਸ ਨਾਲ ਪਾਣੀ ਵੀ ਉਹਨਾਂ ਛੋੜ ਦਿੱਤੇ ਆ, ਉਹ ਪਾਣੀ ਵੀ ਇੱਥੇ ਇਸ ਮੰਗਲਾ ਡੈਮ ਵਿੱਚ ਆ ਕੇ
ਦਾਖਲ ਹੋਣ ਲੱਗੇ ਆ, ਇਸ ਪਾਣੀਆਂ ਨਾਲ ਸ਼ਾਮਿਲ ਹੋਣ ਲੱਗੇ ਆ। ਵੀਡੀਓ ਤੁਸੀਂ ਪਸੰਦ ਆਈ ਹੋ ਸੀ ਤਾਂ ਬਹੁਤ ਜਲਦ ਨਵੀਂ ਵੀਡੀਓ ਲੈ ਕੇ ਤੁਸੀਂ ਖਿਦਮਤ ਵਿੱਚ ਹਾਜ਼ਰ ਹੋ ਸਾਂ। ਤਾਂ ਤਬ ਤੱਕ ਮੈਂ ਇਜਾਜ਼ਤ ਦਿਓ, ਅੱਲਾ ਹਾਫਿਜ਼।